ਕੌਣ ਸੀ ਉਹ ਸਿੱਖ ਸੂਰਮਾ ਜਿਸਦੇ ਮਾਸ ਦੀ ਬੋਟੀ ਬੋਟੀ ਦੁਸ਼ਮਣਾਂ ਵਿੱਚ ਵਿਕੀ? ਖਾਲਸਾ ਰਾਜ ਨੂੰ ਤਿੱਬਤ ਦੀਆਂ ਪਹਾੜੀਆਂ ਤੱਕ ਪਹੁੰਚਾਉਣ ਵਾਲਾ ਸੂਰਮਾ ਕੌਣ ਸੀ ਅਤੇ ਉਸਦੇ ਬਣੇ ਮੰਦਿਰ ਦੀਆਂ ਗਰਭਵਤੀ ਔਰਤਾਂ ਪਰਿਕਰਮਾ ਕਿਉਂ ਕਰਦੀਆਂ ਹਨ? ਚਲੋ ਹੁਣ ਗੱਲ ਕਰਦੇ ਹਾਂ ਉਸ ਸੂਰਮੇ ਦੀ। ਉਹ ਸੂਰਮਾ ਸੀ ਜ਼ੋਰਾਵਰ ਸਿੰਘ। ਜ਼ੋਰਾਵਰ ਸਿੰਘ ਜੀ ਦਾ ਜਨਮ 1784 ਵਿੱਚ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਅਨਸਾਰਾ ਵਿੱਚ ਹੋਇਆ। ਫਿਰ ਜਦੋਂ ਉਹ 16 ਸਾਲ ਦੇ ਹੋਏ ਤਾਂ ਉਹਨਾਂ ਦਾ ਪਰਿਵਾਰ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਤਾਂ ਉਹ ਪਿੰਡ ਛੱਡ ਕੇ ਹਰਿਦੁਆਰ ਚਲੇ ਗਏ। ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਰਾਣਾ ਜਸਵੰਤ ਸਿੰਘ ਜੀ ਦੇ ਨਾਲ। ਜਸਵੰਤ ਸਿੰਘ ਉਸ ਸਮੇਂ ਜੰਮੂ ਦੇ ਇੱਕ ਇਲਾਕੇ ਦਾ ਜ਼ਿਮੀਂਦਾਰ ਸੀ। ਹਰਿਦੁਆਰ ਤੋਂ ਜ਼ੋਰਾਵਰ ਸਿੰਘ ਜਸਵੰਤ ਸਿੰਘ ਦੇ ਨਾਲ ਜੰਮੂ ਚਲੇ ਗਏ ਜਿੱਥੇ ਉਹਨਾਂ ਨੇ ਤਲਵਾਰਬਾਜ਼ੀ ਸਿੱਖੀ ਅਤੇ ਹਥਿਆਰ ਚਲਾਉਣੇ ਸਿੱਖੇ। ਸਾਲ 1800 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖਾਂ ਦੀਆਂ ਵੱਖ ਵੱਖ ਮਿਸਲਾਂ ਨੂੰ ਇਕੱਠਾ ਕਰਕੇ ਸਿੱਖ ਸਮਰਾਜ ਬਣਾ ਦਿੱਤਾ ਸੀ। ਇਸ ਲਈ ਉਹਨਾਂ ਨੂੰ ਸਿੱਖ ਸੈਨਾ ਵਿੱਚ ਯੋਧਿਆਂ ਦੀ ਜ਼ਰੂਰਤ ਸੀ। ਜ਼ੋਰਾਵਰ ਸਿੰਘ ਨੇ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾ ਵਿੱਚ ਭਰਤੀ ਹੋ ਕੇ ਨੌਕਰੀ ਕੀਤੀ। ਫਿਰ 1817 ਵਿੱਚ ਜ਼ੋਰਾਵਰ ਸਿੰਘ ਨੂੰ ਜੰਮੂ ਦੇ ਡੋਗਰਾ ਸਰਦਾਰ ਮੀਆਂ ਕਿਸ਼ੋਰ ਸਿੰਘ ਦੀ ਸੇਵਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਜੰਮੂ ਉਸ ਸਮੇਂ ਸਿੱਖ ਸਮਰਾਜ ਦੇ ਵਿੱਚ ਆਉਂਦਾ ਸੀ। ਸਾਲ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੰਮੂ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜੰਮੂ ਦਾ ਰਾਜ ਪ੍ਰਬੰਧ ਕਿਸ਼ੋਰ ਸਿੰਘ ਨੂੰ ਦੇ ਦਿੱਤਾ ਸੀ। ਕਿਸ਼ੋਰ ਸਿੰਘ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਗੁਲਾਬ ਸੀ। ਗੁਲਾਬ ਸਿੰਘ ਜਦੋਂ ਜ਼ੋਰਾਵਰ ਸਿੰਘ ਨੂੰ ਮਿਲਦਾ ਹੈ ਤਾਂ ਉਸਨੇ ਜ਼ੋਰਾਵਰ ਸਿੰਘ ਨੂੰ ਭੀਮਗੜ੍ਹ ਕਿਲ੍ਹੇ ਦਾ ਸਿਪਾਹੀ ਬਣਾ ਦਿੱਤਾ। ਫਿਰ ਇੱਕ ਦਿਨ ਜਦੋਂ ਭੀਮਗੜ੍ਹ ਕਿਲ੍ਹੇ ਦੇ ਕਮਾਂਡਰ ਨੇ ਜ਼ੋਰਾਵਰ ਸਿੰਘ ਦੇ ਹੱਥ ਗੁਲਾਬ ਸਿੰਘ ਲਈ ਇੱਕ ਸੰਦੇਸ਼ ਭੇਜਿਆ ਤਾਂ ਜ਼ੋਰਾਵਰ ਸਿੰਘ ਨੇ ਕਿਲ੍ਹੇਦਾਰ ਦੀ ਇੱਕ ਪੋਲ ਵੀ ਖੋਲ ਦਿੱਤੀ ਕਿ ਕਿਲ੍ਹੇ ਵਿੱਚ ਨਜਾਇਜ਼ ਪੈਸਾ ਉਡਾਇਆ ਜਾਂਦਾ ਹੈ। ਇਸ ਗੱਲ ਤੋਂ ਖੁਸ਼ ਹੋ ਕੇ ਗੁਲਾਬ ਸਿੰਘ ਨੇ ਜ਼ੋਰਾਵਰ ਸਿੰਘ ਨੂੰ ਕਿਲ੍ਹੇ ਦਾ ਕਮਾਂਡਰ ਬਣਾ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੇ ਗੁਲਾਬ ਸਿੰਘ ਨਾਲ ਹਰ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ। ਜੇਕਰ ਗੱਲ ਕਰੀਏ ਉਹਨਾਂ ਦੇ ਸ਼ਹੀਦ ਹੋਣ ਦੀ ਤਾਂ ਗੁਲਾਬ ਸਿੰਘ ਅਤੇ ਜ਼ੋਰਾਵਰ ਸਿੰਘ ਜੀ ਨੇ ਤਿੱਬਤ ਤੇ ਚੜ੍ਹਾਈ ਕਰਨ ਬਾਰੇ ਸੋਚਿਆ ਅਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਅੱਗੇ ਤਿੱਬਤ ਤੇ ਕਬਜ਼ਾ ਕਰਨ ਦਾ ਪ੍ਰਸਤਾਵ ਰੱਖਿਆ ਪਰ ਮਹਾਰਾਜ ਨੇ ਮਨਾ ਕਰ ਦਿੱਤਾ। ਫਿਰ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਸ਼ੇਰ ਸਿੰਘ ਮਹਾਰਾਜ ਬਣ ਜਾਂਦੇ ਹਨ ਅਤੇ ਗੁਲਾਬ ਸਿੰਘ ਦੇ ਪ੍ਰਸਤਾਵ ਤੇ ਸਹਿਮਤੀ ਦੇ ਦਿੰਦੇ ਸਨ। ਫਿਰ ਮਈ 1841 ਵਿੱਚ ਜ਼ੋਰਾਵਰ ਸਿੰਘ 5000 ਸੈਨਾ ਲੈ ਕੇ ਤਿੱਬਤ ਵਿੱਚ ਦਾਖਲ ਹੁੰਦੇ ਹਨ ਅਤੇ ਤਿੱਬਤ ਦੇ ਇਲਾਕਿਆਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ। ਅਖੀਰ ਵਿੱਚ ਉਹ ਤਕਲਾਕੋਟ ਪਹੁੰਚੇ ਅਤੇ ਉਹਨਾਂ ਨੇ ਉੱਥੇ ਕਬਜ਼ਾ ਕਰ ਲਿਆ। ਉੱਧਰ ਦੂਸਰੇ ਪਾਸੇ ਬ੍ਰਿਟਿਸ਼ ਆਰਮੀ ਨੇ ਨੇਪਾਲ ਦੇ ਇੱਕ ਇਲਾਕੇ ਤੇ ਕਬਜ਼ਾ ਕੀਤਾ ਸੀ, ਜਿਸ ਤੋਂ ਬਾਅਦ ਨੇਪਾਲ ਦੇ ਰਾਜੇ ਦੇ ਭੇਜੇ ਹੋਏ ਦੂਤ ਜ਼ੋਰਾਵਰ ਸਿੰਘ ਨੂੰ ਮਿਲੇ। ਇਸ ਲਈ ਬ੍ਰਿਟਿਸ਼ ਆਰਮੀ ਨੂੰ ਇਹ ਡਰ ਸੀ ਕਿ ਕਿਤੇ ਸਿੱਖ ਅਤੇ ਨੇਪਾਲ ਮਿਲ ਕੇ ਉਹਨਾਂ ਤੇ ਹਮਲਾ ਨਾ ਕਰ ਦੇਵੇ। ਇਸ ਲਈ ਬ੍ਰਿਟਿਸ਼ ਗੌਰਮੈਂਟ ਨੇ ਸ਼ੇਰ ਸਿੰਘ ਨੂੰ ਡੋਗਰਾ ਆਰਮੀ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਅਤੇ ਸ਼ੇਰ ਸਿੰਘ ਇਸ ਮੰਗ ਤੇ ਸਹਿਮਤ ਹੋ ਗਏ। ਉਹਨਾਂ ਜ਼ੋਰਾਵਰ ਸਿੰਘ ਨੂੰ ਵਾਪਿਸ ਆਉਣ ਦਾ ਸੰਦੇਸ਼ ਭੇਜਿਆ ਪਰ ਉਸ ਸਮੇਂ ਤਿੱਬਤ ਵਿੱਚ ਬਰਫ਼ਬਾਰੀ ਹੋ ਜਾਂਦੀ ਹੈ ਅਤੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ, ਜਿਸ ਕਰਕੇ ਜ਼ੋਰਾਵਰ ਸਿੰਘ ਦਾ ਵਾਪਿਸ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਤਿੱਬਤ ਫੌਜ ਦੀ ਇੱਕ ਟੁਕੜੀ ਜ਼ੋਰਾਵਰ ਸਿੰਘ ਦੀ ਫੌਜ ਤੇ ਹਮਲਾ ਕਰ ਦਿੰਦੀ ਹੈ। ਜ਼ੋਰਾਵਰ ਸਿੰਘ ਦੀ ਫੌਜ ਦੁਸ਼ਮਣ ਦੇ ਨਾਲ ਨਾਲ ਠੰਡ ਨਾਲ ਵੀ ਲੜ ਰਹੀ ਹੁੰਦੀ ਹੈ ਕਿਉਂਕਿ ਕਾਫੀ ਦਿਨ ਠੰਡ ਵਿੱਚ ਰਹਿਣ ਕਰਕੇ ਜ਼ਿਆਦਾਤਰ ਫੌਜ ਦੇ ਹੱਥ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਨੇ। ਫਿਰ 12 ਦਸੰਬਰ 1841 ਵਾਲੇ ਦਿਨ ਇੱਕ ਗੋਲੀ ਜ਼ੋਰਾਵਰ ਸਿੰਘ ਦੇ ਖੱਬੇ ਮੋਢੇ ਨੂੰ ਲੱਗਦੀ ਹੈ ਪਰ ਫਿਰ ਵੀ ਉਹ ਲੜਦੇ ਰਹਿੰਦੇ ਨੇ। ਤਿੱਬਤ ਦਾ ਇੱਕ ਕਮਾਂਡਰ ਜ਼ੋਰਾਵਰ ਸਿੰਘ ਨੂੰ ਪਹਿਚਾਣ ਲੈਂਦਾ ਹੈ ਕਿਉਂਕਿ ਉਸਦਾ ਪਹਿਲਾਂ ਵੀ ਜ਼ੋਰਾਵਰ ਸਿੰਘ ਨਾਲ ਮੁਕਾਬਲਾ ਹੋਇਆ ਸੀ।
ਇਸ ਲਈ ਉਸਨੇ ਇੱਕ ਭਾਲਾ ਜ਼ੋਰਾਵਰ ਸਿੰਘ ਦੇ ਮਾਰਿਆ ਅਤੇ ਉਹ ਜ਼ਮੀਨ ਤੇ ਡਿੱਗ ਗਏ, ਜਿਸ ਤੋਂ ਬਾਦ ਉਹ ਸ਼ਹੀਦ ਹੋ ਗਏ। ਕੁਝ ਇਤਿਹਾਸਕਾਰ ਕਹਿੰਦੇ ਨੇ ਜਨਰਲ ਜ਼ੋਰਾਵਰ ਸਿੰਘ ਜੀ ਜਦੋਂ ਸ਼ਹੀਦ ਹੋਏ ਤਾਂ ਦੁਸ਼ਮਣ ਆਪਸ ਵਿੱਚ ਲੜ ਪਏ ਕਿ ਉਹਨਾਂ ਦੀ ਲਾਸ਼ ਨੂੰ ਆਪਣੇ ਕੋਲ ਕੌਣ ਰੱਖੇਗਾ। ਬਾਅਦ ਵਿੱਚ ਬੋਲੀ ਲਗਾ ਕੇ ਇਸ ਗੱਲ ਦਾ ਫੈਸਲਾ ਕੀਤਾ ਗਿਆ, ਕਿਉਂਕਿ ਤਿੱਬਤੀ ਲੋਕ ਸ਼ੇਰ ਦੇ ਮਾਸ ਨੂੰ ਬਹੁਤ ਮਹਾਨ ਮੰਨਦੇ ਹਨ। ਉਹਨਾਂ ਦੇ ਜਦੋਂ ਵੀ ਕੋਈ ਬੱਚਾ ਹੁੰਦਾ ਹੈ ਤਾਂ ਉਹ ਮਾਂ ਦੀ ਬਾਂਹ ਦੇ ਨਾਲ ਸ਼ੇਰ ਦਾ ਮਾਸ ਬੰਨ ਦਿੰਦੇ ਸਨ। ਉਹ ਸੋਚਦੇ ਸਨ ਇਸ ਤਰ੍ਹਾਂ ਕਰਨ ਨਾਲ ਬੱਚਾ ਬਹਾਦਰ ਤੇ ਤਾਕਤਵਰ ਪੈਦਾ ਹੋਵੇਗਾ। ਇਸ ਲਈ ਜਦੋਂ ਉਹਨਾਂ ਸਰਦਾਰ ਜ਼ੋਰਾਵਰ ਸਿੰਘ ਨੂੰ ਸ਼ੇਰ ਵਾਂਗੂ ਲੜਦਾ ਵੇਖਿਆ ਤਾਂ ਕਹਿਣ ਲੱਗੇ ਸ਼ੇਰ ਦੀ ਇਸ ਅੱਗੇ ਕੀ ਔਕਾਤ ਸੀ। ਕਹਿੰਦੇ ਉਸ ਸਮੇਂ ਜ਼ੋਰਾਵਰ ਸਿੰਘ ਦਾ ਮਾਸ 22,000 ਕਿਲੋ ਦੇ ਹਿਸਾਬ ਨਾਲ ਵਿਕਿਆ ਅਤੇ ਵਾਲਾਂ ਦੀ ਬੋਲੀ ਵੀ ਲਗਾਈ ਗਈ। ਅਖੀਰ ਉਹਨਾਂ ਦੇ ਇੱਕ ਹੱਥ ਨੂੰ ਬਚਾ ਕੇ ਰੱਖਿਆ ਗਿਆ। ਉਸ ਨੂੰ ਦਫ਼ਨ ਕਰਕੇ ਇੱਕ ਮੰਦਿਰ ਬਣਾਇਆ ਗਿਆ ਜਿਸ ਦਾ ਨਾਂ ਸਿਗਲਾਪਾ ਚੋਟਣ ਰੱਖਿਆ ਗਿਆ, ਜਿਸ ਦਾ ਅਰਥ ਹੈ ਇੱਥੇ ਇੱਕ ਸ਼ੇਰ ਸੁੱਤਾ ਹੋਇਆ ਹੈ। ਅੱਜ ਵੀ ਜਦੋਂ ਤਿੱਬਤ ਵਿੱਚ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਮੰਦਿਰ ਦੀ ਪਰਿਕਰਮਾ ਕਰਵਾਉਂਦੇ ਹਨ ਤਾਂ ਕਿ ਉਸ ਦਾ ਬੱਚਾ ਜ਼ੋਰਾਵਰ ਸਿੰਘ ਵਾਂਗੂ ਮਹਾਨ ਅਤੇ ਬਹਾਦਰ ਪੈਦਾ ਹੋਵੇ।